ਅੱਜ ਸਾਨੂੰ ਆਇਆ ਏ ਸਾਡੇ ਇੱਕ ਦੋਸਤ ਵੱਲੋਂ ਗਿਫਟ। ਇਹੀ ਕਮਾਈ ਰੱਖਣਾ ਇਹਨੂੰ, ਦਿਲ ਦੇ ਹੀ ਬੜਾ। ਚਲੋ ਭਾਜੀ। ਹਾਂਜੀ ਸਰ, ਸੁਣਾਓ ਕੀ ਹਾਲ ਹੈ? ਠੀਕ ਹੋ? ਸਿਹਤ ਵੀ ਤਾਂ ਠੀਕ ਨੇ ਸਾਰੀ, ਖੈਰ ਤੇ ਵੈਲਕਮ ਹੋ ਗਿਆ ਅੱਜ ਦਾ ਨਿਊ ਵਲੌਗ ਦੇ ਅੰਦਰ। ਦੋ ਦਿਨ ਤੋਂ ਬਾਅਦ ਵਲੌਗ ਬਣਾਉਂਦੇ ਭੈਣ, ਇੱਕ ਦਿਨ ਪੂਰਾ ਦਿਲ ਹੀ ਨਹੀਂ ਕੀਤਾ ਆਇਆ। ਅਸਾਂ ਕਿਹਾ ਚਲੋ ਕੋਈ ਨਹੀਂ, ਅੱਲਾ ਖੈਰ ਕਰੇ, ਜੋ ਹੋਣਾ ਸੀ ਤੇ ਉਹ ਤਾਂ ਗਿਆ। ਹੋ ਬੰਦਿਆਂ ਦਿੱਤਾ ਪਿਛੋ ਜਾ, ਬੰਦਿਆਂ ਦਿੱਤਾ ਹੌਸਲਾ ਨਾ ਕਿ ਕੋਈ ਨਹੀਂ, ਵਾਧੇ ਘਾਟੇ ਹੁੰਦੇ ਰਹਿੰਦੇ ਨੇ ਜ਼ਿੰਦਗੀ 'ਚ, ਅਤੇ ਕੰਮ ਨਹੀਂ ਛੱਡੀਦਾ ਹੈ। ਸਾਡੇ ਪਿੱਛੇ ਹੋ ਜਾ। ਨਹੀਂ, ਦੂਸਰੀ ਗੱਲ ਉਸਤਾਦ ਜੀ, ਛੋਟੂ ਵਾਲਾ ਪੱਟਾ ਅਤੇ ਛੋਟੂ ਵਾਲੀ ਸੰਗਲੀ, ਫਿਰ ਉਹਦੇ ਤੋਂ ਬਾਅਦ ਜਿਹੜੀ ਪਾਈ ਹੈ ਐਨ ਪਾ ਛੱਡੀ ਫਿਰ, ਠੀਕ ਹੈ? ਇਹ ਛੋਟੂ ਦੀ ਥਾਂ 'ਤੇ ਆਜ ਤੋਂ ਬਾਅਦ ਇਹੋ ਪੱਟਾ ਹੁੰਦਾ ਛੋਟੂ ਦਾ ਹੁੰਦਾ ਸੀ, ਇਹ ਹੀ ਉਹਦੀ ਸੰਗਲੀ ਹੁੰਦੀ ਸੀ, ਇਹਨਾਂ ਦੀ ਤਾਂ ਨਿੱਕੀ ਸੰਗਲੀ ਹੁੰਦੀ ਸੀ। ਬਾਕੀ ਛੋਟੂ ਦੀ ਥਾਂ ਤਾਂ ਨਹੀਂ ਲੈ ਸਕਦਾ, ਛੋਟੂ ਵਰਗਾ ਤਾਂ ਹੈ ਨਹੀਂ। ਅਤੇ ਕੋਈ ਨਹੀਂ, ਬਾਕੀ ਥੋੜ੍ਹਾ ਜਿਹਾ ਐਡਜਸਟ ਕਰਾਂਗੇ ਜੇ ਸੁਲਤਾਨ ਨਾਲ ਥੋੜ੍ਹਾ ਰਲ ਮਿਲ ਗਿਆ ਤਾਂ ਠੀਕ ਹੈ, ਜੇ ਨਾ ਰਲਿਆ ਤਾਂ ਫਿਰ ਮਰਜ਼ੀ। ਬਾਕੀ ਸੁਲਤਾਨ ਇਕੱਲਾ ਇਕੱਲਾ ਵੀਲ ਕਰਦਾ, ਸੁਲਤਾਨ ਦਾ ਬਸ ਹੈ, ਸੁਲਤਾਨ ਦਾ ਸਭ ਤੋਂ ਪੱਕਾ ਬੇਲੀ ਹੁੰਦਾ ਸੀ। ਹੁਣ ਨਹੀਂ ਸੁਲਤਾਨ ਮੈਨੂੰ ਜਾਣ ਦਿੰਦਾ ਇੱਧਰ ਉੱਧਰ, ਅੱਗੇ ਤਾਂ ਮੈਂ ਥੋੜ੍ਹਾ ਇੱਧਰ ਉੱਧਰ ਟੁੱਟ ਜਾਂਦਾ ਸੀ ਨਾ, ਤਾਂ ਸੁਲਤਾਨ ਆਪਣੇ ਬੇਲੀ ਦੇ ਨਾਲ ਰਹਿ ਲੈਂਦਾ ਸੀ, ਸੁਲਤਾਨ ਆਪਣੇ ਬੇਲੀ ਨਾਲ ਗੁਜ਼ਾਰਾ ਕਰ ਲੈਂਦਾ ਸੀ। ਜਿਸ ਦਿਨ ਦਾ ਬੇਲੀ ਭਰਿਆ ਹੋਏ ਉਸ ਦਿਨ ਤੋਂ ਬਾਅਦ ਜਿਹੜਾ ਨਾ ਚੇਂਜ ਹੋ ਗਿਆ, ਬਦਲ ਗਿਆ। ਲੋਇਆ ਆਈ ਨਵਾਇਆ ਆਏ ਕਿ ਅੱਜ ਤੋਂ ਬਾਅਦ ਇਹਦਾ ਨਾਂ ਛੋਟੂ ਹੈ, ਠੀਕ ਹੈ? ਦੇਖਦੇ ਹਾਂ। ਬਾਕੀ ਸੁਲਤਾਨ ਦੀ ਨਾ ਸੋਹਰੀ ਨਹੀਂ ਆਇਆ, ਸੁਲਹੀ ਨਹੀਂ ਆਇਆ, ਸੁਲਤਾਨ ਨਾਲ ਪਿਆਰ ਹੀ ਨਹੀਂ ਕਰਦਾ ਹੈ। ਜੇ ਸੁਲਤਾਨ ਨਾਲ ਪਿਆਰ ਨਾ ਕਰ, ਸੁਲਤਾਨ ਸੁਲਤਾਨ ਦਾ ਬਸ ਇੱਕ ਹੀ ਸੱਜਣ ਸੀ, ਉਹ ਛੋਟੂ ਸੀ, ਹੋਰ ਕੋਈ ਨਹੀਂ ਸੀ ਸੱਜਣ ਉਸ ਬਣਾਇਆ। ਨਾ ਕਰ, ਨਾ ਮਾਰ, ਤੂੰ ਚਲੋ ਬਣ ਜਾਂਦਾ ਵੀ ਸਾਡਾ ਬੇਲੀ ਬਣ ਜਾਂਦਾ, ਫਿਰ ਸਾਡਾ ਬੇਲੀ ਹੈ, ਸਲਾਮ ਲੈ ਸਾਡਾ ਬੇਲੀ ਹੈ, ਤੇ ਸਾਡਾ ਸਲ ਬੇਲੀ ਸਲਾਮ ਲੈ, ਸਲਾਮ ਲੈ। ਨਹੀਂ, ਉਹ ਇੱਕ ਗੱਲ ਤਾਂ ਕਰਨੀ ਭੁੱਲ ਗਿਆ, ਅੱਜ ਸਾਨੂੰ ਆਇਆ ਏ ਸਾਡੇ ਇੱਕ ਦੋਸਤ ਵੱਲੋਂ ਗਿਫਟ। ਸਾਨੂੰ ਅੱਜ ਆਪਣੇ ਦੋਸਤ ਇੱਕ ਭੇਜਿਆ, ਸਾਊਦੀ ਅਰਬ ਤੋਂ ਆਉਂਦੇ ਨੇ, ਹੈ ਸਨ ਫੈਸਲਾਬਾਦ, ਅਤੇ ਉਹਨਾਂ ਸਾਨੂੰ ਅੱਜ ਭੇਜਿਆ ਇੱਕ ਗਿਫਟ, ਅਤੇ ਉਹ ਹੁਣੇ ਕੋ ਖੋਲ੍ਹਣੇ ਆਉਣਾ ਨਹੀਂ ਪੈਂਦਾ, TCS ਜ਼ਰੀਆ ਆਇਆ, ਉਹ ਵੀ ਮੈਂ ਲੈ ਕੇ ਆਉਂਦਾ, ਅਤੇ ਮੈਂ ਤੁਹਾਨੂੰ ਵਿਖਾਉਂਦਾ ਵਾਂ। ਆ ਪਿਆ ਏ, ਅਤੇ ਜਨਾਬੇ ਮੋਹਤਰਮ ਖੋਲ੍ਹਣੇ ਆ ਪਹਿਲਾਂ ਜਿਹੜਾ ਨਾ ਛੋਟੂ। ਅੱਛਾ ਇੱਕ ਗੱਲ, ਜੇ ਜਿਵੇਂ ਸੁਲਤਾਨ ਵਾਸਤੇ ਪੱਠੇ ਨਹੀਂ ਗੱਡੇ, ਇੰਝ ਮਹਿਸੂਸ ਹੈ ਜਿਵੇਂ ਥੋੜ੍ਹੇ ਜਿਹੇ ਵੱਡੇ ਹੁੰਦੇ ਨੇ ਨਾ, ਉਵੇਂ ਸੁਲਤਾਨ ਵਾਲੀ ਖਾ ਪੀ ਕੇ ਸਾਰਾ ਕੰਮ ਤਮਾਮ ਕਰ ਛੱਡਦੇ ਨੇ, ਅਤੇ ਹੁਣ ਕਰਨੇ ਹਾਂ ਤੂੰ ਥੋੜ੍ਹਾ ਜਿਹਾ ਪਾਣੀ ਸ਼ਾਨੀ ਲਾ ਕੇ, ਅਤੇ ਮੂਹਰੋਂ ਖੋਲ੍ਹਨੇ ਹਾਂ, ਅਤੇ ਵੇਖਦੇ ਹਾਂ ਕੀ ਇਹ ਵਿੱਚ ਕੀ ਬਲਾਨ ਕੀ ਚੀਜ਼ ਦੇ ਵਿੱਚ। ਉਹ ਵੱਡੀ ਸਾਰੀ ਆਉਂਦੀ ਜਾਂਦੀ ਹੈ, ਨਿੱਕੀ ਅਜੇ ਤਾਂ ਮੈਂ ਕੋਫੂ ਫੋਫੂ ਇੱਦਾਂ ਆ ਨਾ ਜਿਹੜਾ ਸੁਲਤਾਨ ਓਏ, ਆ ਜਰਾ ਛੋਟੂ ਬੇਲੀ ਆ ਗਈ, ਛੋਟੂ ਦੀ ਥਾਂ ਤੇ ਆ ਗਈ, ਆਵੇ ਆਵੇ ਇਹਨੂੰ ਰੱਖ ਲਈਏ, ਇਹਨੂੰ ਰੱਖ ਲਵਾਂ, ਹੈ ਇਹਨੂੰ ਰੱਖ ਲਵਾਂ, ਇਹਨੂੰ ਰੱਖ ਲਵਾਂ। ਹਾਂ ਨਹੀਂ 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 ਰੱਖਦੇ, ਨਹੀਂ ਰੱਖਦੇ, ਚੱਲ ਵਾਪਸ ਲੈ ਜਾ, ਲੈ ਜਾ ਵਾਪਸ, ਲੈ ਵਾਪਸ ਕਰ ਦਿੱਤੀ ਹੈ, ਵਾਪਸ ਕਰ ਦਿੱਤੀ, ਵਾਪਸ ਕਰ ਦਿੱਤੀ, ਨਾ 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 ਅਸੀਂ ਕਿਉਂ ਰੱਖਣੀ, ਅਸੀਂ ਪਾਗਲ ਹਾਂ। ਹੁਣ ਆਪਣਾ ਖੋਲ੍ਹਣ ਲੱਗੀਆਂ ਸੀ ਪਾਰਸਲ, ਜਿਹੜਾ ਸਾਨੂੰ ਆਇਆ ਪਾਰਸਲ ਉਹ ਖੋਲ੍ਹੀਏ, ਗਿਫਟ ਆਇਆ ਹੋਏ ਅਤੇ ਵੇਖਦੇ ਹਾਂ ਕੀ ਆਇਆ। ਅਭੀ ਮਜ਼ਾ ਆਏਗਾ ਨਾ ਭਿੜੋ।
ਸਾਜੀ ਸੋਦੀਆ ਤੋਂ ਆਪਣਾ ਇੱਕ ਫਰੈਂਡ ਸੀ, ਦੋਸਤ ਸੀ, ਉਹ ਆਇਆ ਤੇ ਉਹਨੇ ਸਪੈਸ਼ਲ ਸਾਡੇ ਵਾਸਤੇ ਭੇਜਿਆ। ਤੇ ਕਿੱਥੋਂ ਆਇਆ? ਫੈਸਲਾਬਾਦ ਤੋਂ ਆਇਆ। ਫੈਸਲਾਬਾਦ ਦੇ ਨੇ ਵੈਸੇ ਹੁੰਦੇ ਸੋਦੀਆ ਨੇ, ਤੇ ਉਹਨਾਂ ਭੇਜਿਆ ਤੇ ਚੈੱਕ ਕਰਨੇ ਕੀ ਹੈ। ਤੇ ਸਪੈਸ਼ਲ ਆਇਆ ਲੈ ਕੇ ਆਉਂਦਾ ਸੀ ਅੱਗੇ, ਸਪੈਸ਼ਲ ਆਇਆ। ਚਲੋ ਛੱਡ ਦਿਓ ਮੋੜ। ਵਲੌਗਿੰਗ ਦਾ ਸੈਟਅਪ ਹੈ। ਖੁੱਲ ਬੀਜਾ ਸੱਟ ਪਵੀ ਕਿਤੋਂ ਦੀ ਬੜ ਗਈ। ਦੋ ਡੱਬੇ ਖੁੱਲ ਗਏ ਤੇ ਕੀ ਵਿੱਚ ਹੈ ਖਾਲੀ? ਖਾਲੀ ਨੀ ਹੁੰਦਾ। ਜਿਪ ਪਹਿਲੇ ਤਰੁੱਟ ਗਈ ਤੇ ਜਿਪ ਵੀ ਨਵੀਂ ਹੋਈ। ਮੈਂ ਗੱਲ ਹੀ ਤੁਹਾਡੀ ਵੱਡੀ ਹੈ। ਖੁੱਲੇ ਹੋਰ ਕਿੰਨਾ ਕੁ ਖੋਲ ਨਹੀਂ ਚਾਰਨ ਚੁਰੇ ਜਾਣਾ ਪੰਗਾ ਹੋਣਾ ਹੀ ਦੇਖਿਆ ਜੇ ਐਵੇਂ ਨਾ ਪੰਗਾ। ਨਹੀਂ ਤੇ ਉੱਤੋਂ ਕੋਈ ਨੀ ਟੈਟ ਹੁੰਦਾ, ਇਹ ਕੀ ਕਮਾਈ ਰੱਖਣਾ ਇਹਨੂੰ ਉਸਤਾਦ ਜੀ? ਇਹ ਕੀ ਸੀਨ ਹੈ, ਕਿਵੇਂ ਚੱਲਣਾ ਤੇ ਕਿਵੇਂ ਬਣਦਾ ਹੈ? ਉਸਤਾਦ ਜੀ ਗੱਲ ਤੇ ਦਿੱਤਾ ਜੇ, ਚਲਾਣ ਦਾ ਤਰੀਕਾ ਵੀ ਦੇ ਛੱਡਣਾ ਅੱਜ। ਉਸਤਾਦ ਜੀ ਬੜੀ ਮਿਹਰਬਾਨੀ, ਤੁਸੀਂ ਸਾਨੂੰ ਇਹ ਭੇਜਿਆ ਗਿਫਟ, ਬਾਕੀ ਹੁਣ ਅਸੀਂ ਚਲਾਣ ਦਾ ਇਹਦਾ ਤਰੀਕਾ ਆਪ ਹੀ ਸਿੱਖਾਂਗੇ ਕਿਵੇਂ ਤਰੀਕਾ ਇਹਦਾ ਹੈ ਵੇ। ਅਸੀਂ ਵੀ ਖੱਪ ਗਏ ਹੂੰ ਹੱਥਾਂ ਦੇ ਵਿੱਚ ਆਂਝਾਂ ਕਰ ਕਰਕੇ ਕਰ ਕਰਕੇ ਇੱਥੇ ਟੂੰਗਾ ਕਰਾਣੇ ਆ। ਪੱਖਾ ਚੱਲ ਗਿਆ ਇਹ ਤਾਂ ਨਾ ਕਰਨਾ ਇਹ ਪੱਖਾ। ਇਹ ਕੀ ਸੀ ਨਹੀਂ ਦਾ ਪਾ ਜੀ? ਉਸਾ ਕਿਹਾ ਅੱਜ ਸਾਨੂੰ ਆਤੀ ਪਤਾ ਨਹੀਂ ਕੀ ਦੇ ਛੱਡਿਆ ਅੱਜ। ਕਿਵੇਂ ਵੀ ਵਲੌਗਿੰਗ ਹੋਣੀ ਕਰਨੀ ਤੇ ਕੀ ਸੀਨ ਹੋਵੇ ਕਰੇ ਦਾ, ਦਿਲ ਦੇ ਹੀ ਬੜਾ ਹੈ। ਚਲੋ ਪਾ ਜੀ ਬੜੀ ਮਿਹਰਬਾਨੀ, ਬਾਕੀ ਚਲਾਉਣ ਦਾ ਤਰੀਕਾ ਅਸੀਂ ਵੇਖ ਲਾਂਗੇ ਕਿਵੇਂ ਖੋਲਣਾ ਕਿਵੇਂ ਇਹਨੂੰ ਬੰਨਣਾ, ਤੇ ਪਤਾ ਨਹੀਂ ਕੀ ਕੀ ਇਹਦਾ ਸੀਨ ਹੋਣਾ ਅਜੇ। ਚਲੋ ਛੱਡ ਦਿਓ ਤੇ ਬੜੀ ਮਿਹਰਬਾਨੀ, ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ ਉਸਤਾਦ ਜੀ, ਤੁਹਾਡਾ ਗਿਫਟ
ਦੇਣ ਵਾਸਤੇ ਬੜੀ ਮਿਹਰਬਾਨੀ। ਅਤੇ ਹੁਣ ਇਹਨੂੰ ਰੱਖਣੇ ਆ ਕਾਲ, ਕਿਉਂਕਿ ਸਾਨੂੰ ਪਤਾ ਕੋ ਨਹੀਂ ਹੈ ਅਤੇ ਤਜਰਬਾ ਕੋ ਨਹੀਂ ਇਸ ਚੀਜ਼ ਨੂੰ ਚਲਾਉਣ ਦਾ। ਯੂਟਿਊਬ ਤੋਂ ਵੀਡੀਓ ਵੇਖਾਂਗੇ ਅਤੇ ਵੀਡੀਓ ਵੇਖ ਕੇ ਅਤੇ ਫਿਰ ਇਹਨੂੰ ਲਾ ਦਿਆਂਗੇ ਅਤੇ ਇਹਨੂੰ ਸਹੀ ਫਿੱਟ ਕਰ ਦਿਆਂਗੇ। ਸੁਲਤਾਨ ਗਿਫਟ ਆਇਆ, ਗਿਫਟ ਆਇਆ, ਗਿਫਟ ਆਇਆ, ਰੱਖ ਕੇ ਆਈਏ ਇਹਨੂੰ। ਆਓ ਰਾਜ ਗੱਲ ਸੁਣ ਲਈ, ਇੱਥੇ ਹੀ ਕਰਨੇ ਹਾਂ ਵਲੋਗ ਦਾ ਐਂਡ, ਕਿਉਂਕਿ ਹੋ ਗਈ ਹੈ ਸ਼ਾਮ ਅਤੇ ਮਿਲਾਂਗੇ ਇਨਸ਼ਾਅੱਲਾ ਨੈਕਸਟ ਵਲੋਗ ਦੇ ਅੰਦਰ। ਅਤੇ ਜਿਨ੍ਹਾਂ ਜਿਨ੍ਹਾਂ ਬੰਦਿਆਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਾਰੇ ਬੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਇਹਨਾਂ ਅਨਾਰਾਂ ਦਾ ਇਸ ਕੱਖ ਨਹੀਂ ਛੱਡਣਾ ਅਤੇ ਘਰੋਂ ਕਿਸ ਦਿਨ ਨਿਕਲ ਜਾਣਾ।